ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੌਲਦਾਰ ਕੁਲਦੀਪ ਸਿੰਘ ਬਾਜਵਾ ਨੂੰ ਗੋਲੀ ਮਾਰਨ ਵਾਲੇ ਮੁੱਖ ਮੁਲਜ਼ਮ ਜੁਵਰਾਜ ਸਿੰਘ ਉਰਫ ਜੋਰਾ ਨੂੰ ਕਾਬੂ ਕਰ ਲਿਆ ਹੈ। ਪੰਜਾਬ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਜੋਰਾ ਵਿਚਾਲੇ ਮੁਕਾਬਲਾ ਹੋਇਆ, ਜਿਸ ਦੌਰਾਨ ਦੋਵਾਂ ਪਾਸਿਓਂ ਫਾਇਰਿੰਗ ਹੋਈ। ਮੁਕਾਬਲੇ ਦੌਰਾਨ ਜੋਰਾ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਮੁਤਾਬਕ ਜੋਰਾ ਉੱਤੇ ਪਹਿਲਾਂ ਵੀ ਕਤਲ ਦਾ ਕੇਸ ਦਰਜ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਹੌਲਦਾਰ ਕੁਲਦੀਪ ਸਿੰਘ ਬਾਜਵਾ ਨੂੰ ਗੋਲੀ ਮਾਰਨ ਦਾ ਵੀ ਉਸ ਉੱਤੇ ਇਲਜ਼ਾਮ ਹੈ। ਲੰਘੀ 8 ਜਨਵਰੀ ਨੂੰ ਫਗਵਾੜਾ ਵਿੱਚ ਇੱਕ ਗੱਡੀ ਲੈ ਕੇ ਫਰਾਰ ਹੋ ਰਹੇ ਲੁਟੇਰਿਆਂ ਦਾ ਪਿੱਛਾ ਕਰਦਿਆਂ ਕੁਲਦੀਪ ਸਿੰਘ ਬਾਜਵਾ ਉੱਤੇ ਹਮਲਾ ਹੋਇਆ ਅਤੇ ਉਹਨਾਂ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਰੋਪੜ ਰੇਂਜ ਦੇ DIG ਗੁਰਪ੍ਰੀਤ ਸਿੰਘ ਭੁੱਲਰ ਨੇ ਜੋਰਾ ਬਾਰੇ ਵਧੇਰੇ ਜਾਣਕਾਰੀ ਸਾਂਝੀ ਕੀਤੀ। 8 ਜਨਵਰੀ ਕੋ ਫਗਵਾੜਾ ਮੇ ਡਿਸਟ੍ਰਿਕਟ ਕਪੂਰਥਲਾ ਮੇ ਗਾੜੀ ਸਨੈਚ ਹੋਈ ਥੀ। ਉਸਕੋ ਪਰਸਿਊ ਕਰਤੇ ਹੋਏ ਹਮਾਰੇ ਇੱਕ ਬਹਾਦਰ ਜਵਾਨ ਕਾਂਸਟੇਬਲ ਕੁਲਦੀਪ ਸਿੰਘ ਸ਼ਹੀਦ ਹੋਏ ਥੇ ਫਿਲੌਰ ਕੇ ਪਾਸ। ਉਸੀ ਕੇ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਕੀ ਜੋ ਹਮਾਰੀ ਟੀਮ ਹੈ ਉਹ ਪਰਸਿਊ ਕਰ ਰਹੀ ਸੀ ਅਕਿਊਜ਼ਡ ਕੋ ਪਕੜਨੇ ਕੇ ਲੀਏ। ਉਸੀ ਸਿਲਸਿਲੇ ਮੇ AIG ਸੰਦੀਪ ਗੋਇਲ ਜੀ ਔਰ DSP ਵਿਕਰਮ ਬਰਾੜ ਕੀ ਜੋ ਲੈਡ ਟੀਮ ਥੀ ਉਹਨੇ ਸਪੈਸੀਫਿਕ ਇਨਫੋਰਮੇਸ਼ਨ ਮਿਲੀ ਕਿ ਹੋਟਲ ਐਲਪਸ ਜੋ ਹੈ ਇਸਮੇ 105 ਨੰਬਰ ਕਮਰੇ ਮੇ ਵੋ ਮੇਨ ਮੁਲਜ਼ਮ ਜੋ ਹੈ ਯੁਵਰਾਜ ਏਲੀਅਸ ਜੋਰਾ ਵੋ ਠਹਿਰਾ ਹੁਆ ਹੈ। ਜਬ ਚੈੱਕ ਕੀਆ ਗਿਆ ਤੋ ਫਾਲਸ ਉਸਕੀ ID ਥੀ ਰਮਜ਼ਾਨ ਮਲਿਕ ਕੇ ਨਾਮ ਸੇ, ਤੋ ਉਸਕੋ ਜਾ ਕੇ ਸਰੈਂਡਰ ਕਰਨੇ ਕੇ ਲੀਏ ਚੇਤਾਵਨੀ ਦੀ ਗਈ ਔਰ ਉਸਨੇ ਜਵਾਬੀ ਉਸਮੇ ਫਾਇਰ ਕਰ ਦਿਆ ਪੁਲਿਸ ਪਾਰਟੀ ਪੇ। 3 ਫਾਇਰ ਕੀਏ ਜੋ ਹਮਾਰੇ AIG ਸੰਦੀਪ ਗੋਇਲ ਸਾਹਿਬ ਨੇ ਬੁਲੇਟ ਪਰੂਫ ਜੈਕਟ ਡਾਲੀ ਹੋਈ ਥੀ ਉਸਮੇ ਇੱਕ ਐਮਬੈਡ ਹੋਇਆ ਇੱਕ ਬੁਲੇਟ ਔਰ ਪੁਲਿਸ ਪਾਰਟੀ ਨੇ ਵੀ ਜਵਾਬੀ ਜਬ ਫਾਇਰਿੰਗ ਕੀ ਤੋ ਉਸਕੀ ਟਾਂਗੋਂ ਮੇ ਗੋਲੀ ਲਗੀ ਔਰ ਉਹ ਮੁਲਜ਼ਮ ਕੋ ਉਸੀ ਟਾਈਮ ਹੌਸਪਿਟਲ ਕੇ ਲੀਏ ਰਵਾਨਾ ਕਰ ਦਿਆ ਔਰ ਜੋ ਪਤਾ ਲਗਾ ਕਿ ਬੈਕਗਰਾਊਂਡ ਇਸਕਾ ਕ੍ਰਿਮੀਨਲ ਹੈ ਔਰ ਪਹਿਲੇ ਵੀ 307 ਕਾ ਥਾਣਾ ਬਿਲਗਾ ਡਿਸਟ੍ਰਿਕਟ ਜਲੰਧਰ ਰੂਰਲ ਵਹਾਂ ਇਸ ਪੇ ਇੱਕ FIR ਦਰਜ ਹੈ ਔਰ ਇਹ ਖੁਦ ਵੀ ਫਰਵਾਲਾ ਕਾ ਰਹਿਣੇ ਵਾਲਾ ਗਾਓਂ ਕਾ ਜਲੰਧਰ ਰੂਰਲ ਕਾ 21 ਸਾਲ ਕੀ ਇਸਕੀ ਏਜ ਹੈ ਔਰ ਇਸਕੇ ਪੁਜ਼ੈਸ਼ਨ ਸੇ 2 ਵੈਪਨ ਮਿਲੇ ਹੈ .32 ਬੋਰ ਕੇ ਔਰ ਕਾਰਟ੍ਰਿਜਸ ਵੀ ਜ਼ਿੰਦਾ ਔਰ ਚਲੇ ਹੋਏ ਦੋਨੋਂ ਮਿਲੇ ਹੈ। ਉਹ ਸਾਰੀ ਇਸਕੇ ਜੋ ਚੀਜ਼ੇ ਵਹਾਂ ਸੇ ਮਿਲੀ ਹੈ ਉਸਕੀ ਪੁੱਛਤਾਛ ਕੀ ਜਾ ਰਹੀ ਹੈ ਔਰ ਫੋਨ ਫੋਰੈਂਸਿਕ ਔਰ ਸਾਰੀ ਚੀਜ਼ੇ ਉਸ ਪੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਲੈਗਸ ਕੇ ਉੱਪਰ ਹੀ ਲੱਗੀ ਹੈ ਜੀ ਔਰ ਸ਼ਾਇਦ 2 ਗੋਲੀਆਂ ਲੱਗੀਆਂ ਕਹਿ ਨਹੀਂ ਸਕਦੇ ਬਿਕੋਜ਼ ਇਤਨੀ ਜਲਦੀ ਮੇ ਪਤਾ ਵੀ ਨਹੀਂ ਲੱਗਤਾ ਜੇ ਡਾਕਟਰਸ ਹੀ ਬਤਾਏਗੇ ਮੈਡੀਕਲ ਰਿਪੋਰਟ ਔਰ ਹਮ ਡੀਪਲੀ ਇਨਵੈਸਟੀਗੇਟ ਕਰਕੇ ਆਪਕੋ ਦੁਬਾਰਾ ਇਸ ਪੇ ਬਰੀਫ ਕਰੇਂਗੇ ਕਿ ਸਾਰਾ ਕਿਆ ਕਹਾ ਉਸਕੇ ਕਨੈਕਸ਼ਨ ਥੇ ਜਾਂ ਕੈਸੇ ਆਇਆ। 8 ਜਨਵਰੀ ਦੀ ਸ਼ਾਮ ਨੂੰ ਪੁਲਿਸ ਕੰਟਰੋਲ ਰੂਮ ਫਗਵਾੜਾ ਨੂੰ ਫੋਨ ਰਾਹੀਂ ਇੱਕ ਗੱਡੀ ਲੁਟੇਰਿਆਂ ਵੱਲੋਂ ਖੋਹੇ ਜਾਣ ਦੀ ਸੂਚਨਾ ਮਿਲੀ। ਪੁਲਿਸ ਪਾਰਟੀ ਵੱਲੋਂ ਕਾਰ ਨੂੰ ਗੋਰਾਇਆ ਵੱਲ ਲੈ ਕੇ ਜਾਂਦੇ ਹੋਏ ਵੇਖਿਆ ਗਿਆ, ਜਿਸ ਉੱਤੇ SHO ਅਮਨਦੀਪ ਨਾਹਰ ਅਤੇ 2 ਪੁਲਿਸ ਜਵਾਨਾਂ ਵੱਲੋਂ ਕਾਰ ਦਾ ਪਿੱਛਾ ਕਰਕੇ ਉਸਨੂੰ ਰੋਕ ਲਿਆ ਗਿਆ ਅਤੇ ਕਾਰ ਸਵਾਰਾਂ ਨੂੰ ਬਾਹਰ ਆਉਣ ਲਈ ਆਖਿਆ ਗਿਆ। ਪਰ ਇਸ ਦੌਰਾਨ ਕਾਰ ਸਵਾਰਾਂ ਵੱਲੋਂ ਤੁਰੰਤ ਪੁਲਿਸ ਪਾਰਟੀ ਉੱਤੇ ਗੋਲੀਬਾਰੀ ਕਰ ਦਿੱਤੀ ਗਈ, ਜਿਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਅਤੇ ਸੰਘਣੀ ਧੁੰਦ ਦੇ ਬਾਵਜੂਦ ਪੁਲਿਸ 3 ਮੁਲਾਜ਼ਮਾਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਵੀ ਰਹੀ। ਇਸੇ ਦੌਰਾਨ ਹੀ ਹੌਲਦਾਰ ਕੁਲਦੀਪ ਸਿੰਘ ਬਾਜਵਾ ਨੂੰ ਗੋਲੀ ਲੱਗੀ ਅਤੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੌਰਾਨ ਉਹਨਾਂ ਦੀ ਮੌਤ ਹੋ ਗਈ।